पंजाब हरियाणा लाइव न्यूज़ देख रहे तमाम दर्शकों नूं मेरे वालों जानी हरमिंदर सिंह वालों सत श्री अकाल जी। अज असीं पहुंचे हाँ बाबा सावण सिंह नगर, जिथे कि एक ड्रेन का मुद्दा है, ड्रेन का नहीं कह लीए तो नाली का मुद्दा है। वो किस लई कि ड्रेन नूं नाली दे रूप दे विच बदल दिता गया है। तो सानू बुलाया सी आम आदमी पार्टी के सीनियर आगू सरदार रजिंदर सिंह जी सोता, उन्होंने जानते हैं उन्होंने पासों कि असल में वाकया की है। सो सोता साहब की माजरा है? मैं पंजाब हरियाणा लाइव न्यूज़ का धन्यवाद करदा कि तुहाडे माध्यम राही साडी आवाज जिहड़ी आ ਉਹ ਪ੍ਰਸ਼ਾਸਨ ਤੱਕ ਪਹੁੰਚਦੀ ਆ ਅਤੇ ਸਮੱਸਿਆਵਾਂ ਜਿਹੜੀਆਂ ਹੱਲ ਹੁੰਦੀਆਂ ਜੀ। ਇਹ ਵੀ ਬਹੁਤ ਵੱਡੀ ਸਮੱਸਿਆ ਵਾ ਜੀ, 110 ਫੁੱਟ ਦੀ ਡਰੇਨ ਆ ਚੜ੍ਹਾਈ 'ਚ ਜੀ ਜੀ, ਅਤੇ ਆਹ ਵੇਖੋ ਇਹ 2 ਫੁੱਟ ਦੀ ਨਾਲੀ ਬਣ ਕੇ ਰਹਿ ਗਈ ਆ ਜੀ ਜੀ। ਅਤੇ ਬੇਨਤੀ ਹੁਣ ਇਹ ਹੈਗੀ ਆ ਕਿ ਇੱਕ ਤਾਂ ਆਹ ਪਬਲਿਕ ਜਿਹੜੇ ਥਾਣੇ ਲਾਗੋਂ ਉਠਾ ਕੇ ਅਤੇ ਇੱਥੇ ਬਿਠਾ ਦਿੱਤੇ ਗਏ ਆ, ਇਹਨਾਂ ਦਾ ਕਿਸੇ ਨੇ ਮੁੜ ਕੇ ਕੁਝ ਸੋਚਿਆ ਨਹੀਂ। ਬੁੱਢੇ ਥੇ ਦੇ ਵਿੱਚ ਇਹਨਾਂ ਦੀਆਂ ਵੋਟਾਂ ਸਾਰੀਆਂ ਠੀਕ ਹੈ ਜੀ। ਇੱਧਰ ਬਾਬਾ ਸਾਵਣ ਸਿੰਘ ਨਗਰ ਲੱਗਦਾ ਸਿਰਫ ਇੱਕ ਡਰੇਨ ਆ ਵਿੱਚ ਪੈਂਦੀ, ਉਧਰਲੇ ਪਾਸੇ ਬੁੱਢੇ ਥੇ ਦੀਆਂ ਵੋਟਾਂ ਠੀਕ ਹੈ ਜੀ। ਅਤੇ ਜਦੋਂ ਆਪਾਂ ਸਰਪੰਚ ਸਾਹਿਬ ਇੱਥੋਂ ਵੋਟਾਂ ਲੈਂਦੇ ਜਾਂ MLA ਸਾਹਿਬ ਵੋਟਾਂ ਲੈਂਦੇ ਆ, ਉਦੋਂ ਤਾਂ ਸਾਰਿਆਂ ਨੂੰ ਚੇਤਾ ਹੁੰਦਾ ਵੀ ਇਹ ਲੋਕ ਇੱਥੇ ਬੈਠੇ ਆ ਜੀ। ਅਤੇ ਆਹ ਹੁਣ ਜਦੋਂ ਬਰਸਾਤਾਂ ਸ਼ੁਰੂ ਹੋਈਆਂ ਉਦੋਂ ਕੋਈ ਪੁੱਛਣ ਨਹੀਂ ਆਉਂਦਾ ਵੀ ਇਹਨਾਂ ਦਾ ਪਾਣੀ ਇਹਨਾਂ ਦੇ ਘਰਾਂ ਦੇ ਵਿੱਚ ਭਰਿਆ ਹੁੰਦਾ ਜੀ। ਮੈਂ ਕੱਲ੍ਹ ਆਇਆ ਸੀਗਾ ਜੀ ਜੀ, ਅਤੇ ਇਹ ਘਰਾਂ ਦੇ ਵਿੱਚੋਂ ਅੰਦਰੋਂ ਵਿਚਾਰੇ ਪਾਣੀ ਝੱਟਣ ਡੇ, ਬਹੁਤ ਬੁਰੇ ਹਾਲ ਸੀਗੇ। ਸੱਪ ਸਪੋਲੀਏ ਸਾਰੇ ਇਹਨਾਂ ਦੇ ਘਰਾਂ 'ਚ ਜਾਂਦੇ ਆ, ਛੋਟੇ ਛੋਟੇ ਬੱਚੇ ਆ ਅਤੇ ਜਿਨ੍ਹਾਂ ਨੂੰ ਜੀਵਨ ਦਾ ਵੀ ਖਤਰਾ ਬਣਿਆ। ਇਹ ਡਰੇਨ ਜਿਹੜੀ ਆ ਜੀ, ਡਰੇਨੇਜ ਡਿਪਾਰਟਮੈਂਟ ਦਾ ਹੱਕ ਬਣਦਾ ਕਿ ਆਪਣੀ ਡਰੇਨ ਖਾਲ ਕੇ ਅਤੇ ਅੱਗੇ ਪਾਣੀ ਦਾ ਨਿਕਾਸ ਕਰਨਾ, ਪਰ ਇਹ ਪ੍ਰਸ਼ਾਸਨ ਸੁੱਤਾ ਪਿਆ ਵਾ। ਨਾ ਤਾਂ DC ਸਾਹਿਬ ਨੇ ਕਦੀ ਚੈੱਕ ਕਰਵਾਇਆ ਕਿ ਇਹ ਡਰੇਨ ਜਿਹੜੀ ਬਾਬਾ ਸਾਵਣ ਸਿੰਘ ਨਗਰ 'ਚੋਂ ਅੱਗੇ ਗੁਰੂ ਨਾਨਕਪੁਰੇ ਨੂੰ ਜਾਂਦੀ ਆ, ਇਹਦਾ ਕੌਣ ਵਾਲੀ ਵਾਸ ਆ? ਬਿਲਕੁਲ ਜੀ, ਅਗਰ ਇਹਨਾਂ ਨੂੰ ਬਾਬਾ ਸਾਵਣ ਸਿੰਘ ਨਗਰ ਵਿਖੇ ਬਿਠਾਇਆ ਗਿਆ ਸੀ ਕਿਸੇ ਵੀ ਡਰੇਨ 'ਤੇ ਬਿਠਾਤਾ ਵਾ, ਹਾਂ ਡਰੇਨ 'ਤੇ ਬਿਠਾਇਆ ਗਿਆ ਹੈ, ਤਾਂ ਇਹ ਉਸ ਪੰਚਾਇਤ ਦਾ, ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਦੀ ਸੇਫਟੀ ਦਾ ਜੋ ਪ੍ਰਬੰਧ ਕਰ ਕੀਤਾ ਜਾਂਦਾ, ਪਰ ਉਹ ਕੀਤਾ ਨਹੀਂ ਗਿਆ। ਇਸ ਬਾਰੇ ਕੀ ਕਹੋਗੇ? ਇਹ ਉਹਨਾਂ ਦੀ ਕਹਿ ਲਓ ਕਿ ਨਲਾਇਕੀ ਆ। ਇਹਨਾਂ ਨੂੰ ਚਾਹੀਦਾ ਹੈਗਾ ਵੀ ਤੁਸੀਂ ਜੇ 40 ਸਾਲ ਤੋਂ ਉੱਥੇ ਵੱਸ ਰਹੇ ਸੀ ਪਰਿਵਾਰ, ਇਹਨਾਂ ਨੂੰ ਤੁਸੀਂ, ਤੁਹਾਡੇ ਬੁੱਢੇ ਇੱਥੇ ਪੰਚਾਇਤ ਦੀ ਪੈਲੀ ਬਹੁਤ ਆ ਜੀ, ਉਹਦੇ 'ਚੋਂ ਇਹਨਾਂ ਨੂੰ 5-5 ਮਰਲੇ ਦੇ ਪਲਾਟ ਦਿੰਦੇ, ਇਹ ਵੀ ਇਨਸਾਨ ਵਾ, ਬਾਹਰਲੀਆਂ ਸਟੇਟਾਂ ਤੋਂ ਆ ਕੇ ਇੱਥੇ ਵੱਸੇ ਹੋਏ ਆ, ਲੰਬੇ ਸਮੇਂ ਤੋਂ ਇੱਥੇ ਕਾਰੋਬਾਰ ਕਰ ਰਹੇ ਨੇ, ਇਹ ਵੋਟਾਂ ਪਾਉਂਦੇ ਆ ਤੁਹਾਨੂੰ। ਇਹਨਾਂ ਨੂੰ ਜਦੋਂ ਬਾਕੀਆਂ ਨੂੰ ਤੁਸੀਂ 5-5 ਮਰਲੇ ਦੇ ਪਲਾਟ ਦਿੰਦੇ ਤਾਂ ਇਹਨਾਂ ਨੂੰ ਵੀ ਦਿਓ, ਇਹਨਾਂ ਦਾ ਵੀ ਹੱਕ ਬਣਦਾ ਸੀ। ਅਤੇ ਹੁਣ ਮੈਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰੂੰਗਾ ਵੀ ਆਹ ਜੋ ਡਰੇਨ ਦਾ ਹੱਕ ਬਣਦਾ ਉਹ ਖਾਲ ਕੇ ਅਤੇ ਪੂਰੀ ਉੱਧਰ ਤੱਕ ਕੱਢੋ, ਪਾਣੀ ਦਾ ਨਿਕਾਸ ਹੋਣਾ ਚਾਹੀਦਾ, ਪਾਣੀ ਡਬਲ ਵਿਕਟਰੀ ਲਾ ਕੇ ਜਾ ਕੇ ਖਲੋ ਗਿਆ ਜਿੱਥੇ 4 ਕਿੱਲੇ ਦਾ ਛੱਪੜ ਬਣ ਗਿਆ। ਕਿੱਥੋਂ ਤੱਕ ਜਾਣੀ ਚਾਹੀਦੀ ਡਰੇਨ? ਇਹ ਡਰੇਨ ਅੱਗੇ ਜੀ ਗੁਰੂ ਨਾਨਕਪੁਰੇ ਤੋਂ ਕਮਿਆਰ ਕਲੋਨੀ ਤੋਂ ਅੱਗੇ ਗੁਰੂ ਨਾਨਕਪੁਰੇ ਨੂੰ ਨਿਕਲਦੀ ਆ ਜੀ, ਅੱਗੇ ਡਰੇਨ ਦਾ ਹੈਗਾ ਵਾ ਜੀ, ਰਾਹ ਸਾਰਾ ਬਣਿਆ, ਦਰਿਆ 'ਚ ਪੈਂਦੀ ਹੈ ਜਾਂ ਕਿਸ ਤਰ੍ਹਾਂ? ਕਿੰਨੇ ਫੁੱਟ ਚੌੜੀ ਹੈ ਇਹ? 110 ਫੁੱਟ ਚੌੜੀ ਹੈ ਜੀ ਇਹਦੀ। ਇਹ ਤਾਂ ਜੀ ਮੈਨੂੰ 2 ਫੁੱਟ ਵੀ ਨਹੀਂ ਲੱਗਦੀ, 2 ਫੁੱਟ ਵੀ ਨਹੀਂ ਲੱਗਦੀ। ਉਹ ਹੀ ਮਤਲਬ ਇੱਥੇ ਲਿਆ ਕੇ ਇਹਨਾਂ ਨੂੰ ਜਦੋਂ ਬਿਠਾਤਾ ਗਰੀਬ ਤਬਕੇ ਨੂੰ, ਸਾਰਿਆਂ ਨੂੰ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਆ, ਤੁਸੀਂ ਇਹਨਾਂ ਨੂੰ ਆ ਭੈਣ ਜੀ ਹੋਣੀ ਖੜੇ, ਇਹਨਾਂ ਕੋਲ ਪੁੱਛ ਕੇ ਵੇਖ ਲਓ ਕਿੰਨੇ ਮਾੜੇ ਹਾਲਾਤ ਆ ਜੀ। ਇਹ ਰਾਤ 2-3 ਦਿਨ ਹੋ ਗਏ ਰੋਟੀ ਵੀ ਨਹੀਂ ਪੱਕੀ ਇਹਨਾਂ ਦੇ ਘਰਾਂ 'ਚ ਜੀ, ਜੋ ਪੁੱਛਦੇ ਆ। ਹਾਂਜੀ, ਸੋ ਮੈਂ ਭੈਣ ਜੀ ਕਹਾਂਗਾ ਅੱਗੇ ਆ ਜਾਣ ਜੀ। ਸਾਨੂੰ, ਸਾਡੇ ਬੱਚੇ ਪਰੇਸ਼ਾਨ ਹੈਗੇ ਆ, 2 ਦਿਨ ਰੋਟੀ ਨਹੀਂ ਬਣਾਈ ਅਤੇ ਹੁਣ ਵੀ ਪਾਣੀ ਕੱਢ ਕੇ ਹਟੇ ਹਾਂ। ਅੱਛਾ, ਅੰਦਰ ਕਮਰਿਆਂ 'ਚ ਪਾਣੀ ਵੜ ਜਾਂਦਾ ਹੈ ਅਤੇ ਸਾਨੂੰ ਮੁਸ਼ਕਲ ਬਹੁਤ ਹੁੰਦੀ ਹੈ। 2 ਦਿਨ ਹੋ ਗਏ ਅਸੀਂ ਆਪ ਸੁੱਤੇ ਨਹੀਂ ਹੈਗੇ ਆ, ਪਾਣੀ ਕੱਢਦੇ ਰਹੇ ਕਮਰਿਆਂ 'ਚੋਂ ਠੀਕ ਆ, ਅਤੇ ਸੱਪ ਸੁੱਪ ਵੀ ਬੜੇ ਆਉਂਦੇ ਹੈ ਅਤੇ ਜੋ ਵੀ ਪਾਣੀ ਆਉਂਦਾ ਅੰਦਰ ਹੀ ਜਾਂਦਾ, ਜੋ ਗੰਦ ਮੰਦ ਸਾਰਾ ਆਉਂਦਾ, ਨਾ ਰੋਟੀ ਦਾ ਕੋਈ ਠਿਕਾਣਾ ਨਾ ਕੁਛ, ਬੱਚੇ ਵੀ ਬਿਮਾਰ ਹੋਏ ਨੇ। ਕਿਸ ਹਾਲਾਤ ਵਿੱਚ ਜੀਂਦੇ ਨੇ ਇਹ ਇਨਸਾਨ, ਆਖਰ ਇਹ ਵੀ ਇਨਸਾਨ ਨੇ। ਸੋ ਇਸ ਬਾਰੇ ਕੀ ਕਹਿੰਦੇ ਨੇ ਸਾਡੇ ਸ਼ਰਮਾ ਜੀ? ਹਾਂਜੀ, ਕੀ ਕਹਿਣਾ ਚਾਹੋ ਸਰ ਜੀ? ਆਪਾਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਬੁੱਢੇ ਥੇ ਦੇ ਆਪਣੇ ਸਰਪੰਚ ਸਾਹਿਬ ਨੂੰ, ਆਪਣੇ ਇਹਨਾਂ ਨੂੰ ਕਹਿੰਦੇ ਹਾਂ ਕਿ ਇੱਥੇ ਆਣ ਕੇ ਇੱਥੋਂ ਦੇ ਹਾਲਾਤ ਨੂੰ ਵੇਖਣ ਜੀ, ਇੱਥੇ ਆਣ ਕੇ ਵੇਖਣ, ਇਹਨਾਂ ਦਾ ਦੁੱਖ ਨੂੰ ਸਮਝਣ ਜੀ। ਜੋ ਆਪਾਂ ਇੱਥੇ ਬਿਠਾਏ ਆ, ਅਸੀਂ ਵੋਟਾਂ ਮੰਗਦੇ ਹਾਂ ਇਹਨਾਂ ਕੋਲ ਆਣ ਕੇ, ਵੋਟਾਂ ਲੈਂਦੇ ਹਾਂ ਇਹਨਾਂ ਦੀ ਬਦੌਲਤ, ਅਸੀਂ ਸਰਪੰਚੀ ਕਰਦੇ, MLA ਬਣਦੇ ਹਾਂ, ਲੇਕਿਨ ਆਪਾਂ ਇਸ ਸਾਲ ਇਹਨਾਂ ਨੂੰ ਨਹੀਂ ਵੇਖਾਂਗੇ। ਇਹਨਾਂ ਦੇ ਬੱਚੇ ਮਰਨਗੇ, ਦੁੱਖ ਤਕਲੀਫ 'ਚ ਰਹਿਣਗੇ ਅਤੇ ਸਾਡੀ ਕੁਰਸੀ 'ਤੇ ਬੈਠਿਆਂ ਦਾ ਕੀ ਫਾਇਦਾ? ਇੱਥੇ ਆਓ, ਇੱਥੇ ਆਣ ਕੇ ਵੇਖੋ, ਇਹਨਾਂ ਦੀ ਸਮੱਸਿਆ ਦਾ ਹੱਲ ਕਰੋ, ਅਸੀਂ ਇਹ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ। ਧੰਨਵਾਦ ਜੀ। ਸੋ ਇੱਥੋਂ ਦੇ ਸਰਪੰਚ ਸਾਹਿਬ ਨਾਲ ਗੱਲ ਕਰਨੀ ਚਾਹਾਂਗੇ, ਸਾਬਕਾ ਸਰਪੰਚ ਨੇ। ਹਾਂਜੀ ਸਰਪੰਚ ਸਾਹਿਬ, ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੋ ਹੀ ਕਹਿਣਾ ਚਾਹੁੰਦਾ ਜੀ, ਇੱਕ ਤਾਂ ਜਿਹੜੇ ਵਿਚਾਰਿਆਂ ਨੂੰ ਉਹਨਾਂ ਨੂੰ ਨਾ ਬਾਲਿਆ ਲਿਆ ਗਏ, ਉਹਨਾਂ ਨੇ ਕਿੰਨੇ ਪਰਿਵਾਰ ਹੈਗੇ ਗਰੀਬ ਜਨਤਾ,
इन्हां नूं थां दित्ता जावे। जिहड़ी भी पंचायत लगदी पंचायतां कोल थां बहुत हैगा। मैं भी सरपंची कीती 5 साल, मैनूं भी पता कित्थे कित्थे थां पंचायत दा हैगा। बुढ़े थे दिया पता हैगा मैनूं पंचायत दा जी कित्थे कित्थे, क्यों मैं 85 दा बैठा, कोई नवां दे आ के बैठा नहीं इत्थे जी। ते मेरी इहो बेनती आ सरपंच साहब नूं भी, बुढ़े थे वाले नूं भी, इन्हां नूं थां दिओ कितें, भालो चंगे थां 'च विचारे ना कित्थे गंदगी 'च बहन। ते बाकी मैं जो भी गरीब जनता हैगी इत्थे लागे छागे इन्हां दा ध्यान रखण। जे तुसीं वोटां लैंदियां तां ध्यान भी रखो। तुसीं कल दा पाणी आउण डिआ, असीं वेखण डिआ खलो खलो के, तुसीं कदी बड़े आ गए। कल नूं इलैक्शन आउणी 5-6 महीनां, तुसीं आखणा आ मैं तेरा करदा। ते इन्हां नूं पुछ के वेख लो तुहाडे कार्ड कूड बणाए कि नीले, इन्हां नूं पुछो ते सही भला अज 2 रुपये किलो वाली कणक पुछो। एक मिनट जी 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 खाली नाज मिलता, किसी का नहीं देते। जिहड़ी सरकारी फ्री आंदी ओह भी मिलती, जिहड़ी काट वाली आंदी ओह भी मिलती, चावल भी मिलते, तो सानू 2-3 घरां नूं नहीं मिलते। हां जी होर कोई कुछ कहना चाहे? अनु तो मिलती है कनक, आपको मिलती है? हाँ जी। कितने परिवार के मेंबर हो? हाँ 2 जने की मिलती, न्यानन की हड्डे उनके बखरा बने। ठीक है। हाँ जी आपको मिलता है? मिल रही है। नीला कार्ड बना हुआ? हाँ जी बने हुआ, दो कुड़ियां दा नहीं बने। मिलती है कनक, पर बच्चों का भी नाम बिचो कटिया होया। ਬੱਚਿਆਂ ਨਾਮ ਕੱਟਿਆ? ਹਾਂਜੀ 2-2 ਜਣਾ ਦੇ ਕਣਕ ਮਿਲਦੀ ਹੈ। 2 ਜਣੇ ਦੀ ਕਣਕ ਮਿਲਦੀ ਹੈ? ਹਾਂਜੀ ਬੱਚਿਆਂ ਦਾ ਨਾਮ ਲਿਖਿਆ ਹੋਇਆ 4 ਜਣਾ ਦੇ, 2 ਬੱਚੇ ਹੈ ਨਾ। ਕੀ ਫਾਰਮ ਭਰਿਆ ਸੀ ਜਦੋਂ ਬੱਚੇ ਨਾਮ? ਹਾਂਜੀ ਫਾਰਮ ਭਰਿਆ ਜੀ, ਫਾਰਮ ਭਰਿਆ ਸੀ, ਬੱਚੇ ਲਿਖਾਏ ਸੀ? ਹਾਂਜੀ ਲਿਖਾਏ ਸੀ। ਤੇ ਫਿਰ ਕਿਉਂ ਕੱਟ ਦਿੱਤੇ? ਪਤਾ ਨਹੀਂ, ਇਹ ਉਹਨਾਂ ਕਹਿੰਦੇ ਜਦੋਂ ਕਣਕ ਮਿਲੂਗੀ ਉਦੋਂ ਗੱਲ ਕਰਿਓ। ਅਸੀਂ ਉਦੋਂ ਵੀ ਗੱਲ ਕਰਦੇ ਹਾਂ ਪਰ ਉਦੋਂ ਕੋਈ ਸੁਣਦਾ ਨਹੀਂ। ਨੇਤਾ ਜੀ ਨੂੰ ਮੈਂ ਕਹਾਂਗਾ ਕਿ ਜਦ ਇਹ ਕਣਕ ਵੰਡਣ ਇਹ ਜ਼ਰੂਰ ਉੱਥੇ ਪਹੁੰਚਣ ਤਾਂ ਕਿ ਪਤਾ ਲੱਗ ਸਕੇ ਕਿ ਬੱਚਿਆਂ ਨਾਂ ਕਿਉਂ ਕੱਟੇ ਗਏ। ਸੋ ਦੁਬਾਰਾ ਸਰਪੰਚ ਸਾਹਿਬ ਵੱਲ ਜਾਣਾ ਚਾਹਾਂਗਾ। ਸਰਪੰਚ ਸਾਹਿਬ ਉਹਨਾਂ ਨੇ ਦੱਸਿਆ ਕਿ ਬਾਕੀ ਪਰਿਵਾਰਾਂ ਨੂੰ ਦੇ ਨੀਲੇ ਕਾਰਡ ਬਣਾਏ ਨੇ, 3 ਪਰਿਵਾਰ ਨੇ ਜਿਨ੍ਹਾਂ ਦੇ ਨਹੀਂ ਕਾਰਡ ਬਣਾਏ। ਚਲੋ ਬਣਾਏ ਤੇ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਉਹਦਾ, ਸਰਪੰਚ ਦਾ ਵੀ। ਹੁਣ ਬਾਕੀ ਦਾ ਵੀ ਬਣਾਉਣ ਦਾ, ਜਿਨ੍ਹਾਂ ਦੇ ਕੱਟੇ ਆ ਵਿਚਾਰਿਆਂ ਦੇ, ਉਹ ਕਿਹੜੇ ਵਿਚਾਰੇ ਨੌਕਰੀ ਕਰਦੇ? ਇੱਕ ਵੱਡਿਓ ਬਣਾਉਣ ਨਾ ਸਾਰਿਆਂ ਦੇ, ਬਿਲਕੁਲ ਜੀ। ਫਿਰ ਇੱਕ ਦੂਜੇ 'ਚ ਲੜਾਈ ਪੈ ਜਾਂਦੀ ਆ। ਹਾਂਜੀ ਉਹ 3 ਬਣਾਏ ਆ, ਮੈਨੂੰ ਵੀ ਪਤਾ ਹੈਗਾ। ਉਹ ਆ ਕੇ ਕਹਿਣਗੇ ਤੇਰੇ ਕਾਰਡ ਬਣਾਏ ਆ, ਉਹਨੂੰ ਗਾੜੀ ਲੈ ਆਉਣਗੇ ਤੁਹਾਡੇ, ਜੇ ਨਹੀਂ ਤਾਂ ਨਹੀਂ। ਮੈਂ ਵੀ ਸਰਪੰਚੀ ਕੀਤੀ, ਮੈਨੂੰ ਵੀ ਕਹਿੰਦੇ ਸੀ ਤੁਸੀਂ ਅੱਜ ਵੀ ਜਾ ਕੇ ਵੇਖ ਲਓ ਮੇਰੇ ਟੱਬਰ 'ਚ ਕਿਸੇ ਦਾ ਨੀਲਾ ਕਾਰਡ ਬਣਾ। ਇਹਨੇ 3 ਕਾਰਡ ਬਣਾਏ ਆ, ਉਹ ਲੜਾਈ ਪਾਈ ਸਾਡੇ ਘਰ ਦੇ ਵਿੱਚ। 7 ਭਰਾ ਹੈਗੇ ਆ ਅਸੀਂ, 2 ਰਿਸ਼ਤੇਦਾਰ ਆ, ਉਹ ਕਹਿ ਦਿੰਦੇ ਇਹਦਾ ਕਾਰਡ ਬਣਿਆ ਸਾਡਾ ਕਿਉਂ ਨਹੀਂ ਬਣਿਆ, ਪੁੱਛ ਕੇ ਵੇਖੋ। ਇਹ ਇੱਦਾਂ ਹੀ ਕਰਦੇ ਆ ਇਹ। ਮੈਂ ਵੀ ਸਰਪੰਚ, ਮੈਨੂੰ ਵੀ ਕਹਿੰਦੇ ਸੀ ਤੂੰ ਬਣਾ ਮੋਹਨ ਲਾਲ ਕਾਰਡ। ਮੈਂ ਤਾਂ ਸਾਰਿਆਂ ਦੇ ਬਣਾਉਣੇ ਭਰਾ, ਮੈਂ ਇੱਕ ਦਾ ਵੀ ਨਹੀਂ, ਕਿਸੇ ਦਾ ਮੇਰਾ ਵੀ ਨਹੀਂ ਬਣਾਇਆ ਮੈਂ ਬਿਲਕੁਲ ਵੀ। ਠੀਕ ਹੈ ਠੀਕ ਹੈ। ਅਤੇ ਬਣਾਉਣ ਸਾਰਿਆਂ ਦੇ, ਅਸੀਂ ਕਹਿੰਦੇ ਚੰਗੇ ਕੰਮ ਕਰਨ, ਚੰਗੇ ਕਰਨਗੇ ਤਾਂ ਅਸੀਂ ਚੰਗੇ ਬੋਲਾਂਗੇ ਗਾੜੀਓ। ਬਿਲਕੁਲ ਜੀ ਧੰਨਵਾਦ। ਜੇ ਮਾੜੇ ਕਰਨਗੇ ਤਾਂ ਮਾੜੇ ਕਰਾਂਗੇ। ਵਾਹਿਗੁਰੂ ਜੀ ਵਾਹਿਗੁਰੂ ਜੀ। ਸੋ ਨੇਤਾ ਜੀ ਮੁੱਦਾ ਜੋ ਗੰਭੀਰ ਹੈ, ਹਾਂਜੀ ਇਸ ਸੰਬੰਧੀ ਤੁਸੀਂ DC ਸਾਹਿਬ ਕੋਲ ਪਹੁੰਚ ਕਰੋਗੇ ਜਾਂ ਕੀਤੀ ਹੈ? ਅਸੀਂ ਤਾਂ ਜੀ ਤੁਹਾਡੇ ਚੈਨਲ ਦੇ ਥਰੂ ਅਪਰੋਚ ਕਰਦੇ ਹਾਂ ਜੀ, ਅਤੇ ਇਹ ਤੁਸੀਂ ਹੁਣ DC ਸਾਹਿਬ ਨੂੰ ਵੀ ਪੁੱਛੋ, ਅਤੇ ਡਰੇਨੇਜ ਡਿਪਾਰਟਮੈਂਟ ਦੇ ਐਕਸੀਅਨ ਨੂੰ, SDO ਨੂੰ, SC ਸਾਹਿਬ ਨੂੰ, ਸਾਰਿਆਂ ਨੂੰ ਪੁੱਛੋ ਕਿ ਡਰੇਨ ਦਾ ਕੀ, ਕਿੰਨੇ ਫੁੱਟ ਡਰੇਨ ਆ, ਇਹਦੇ ਖਾਲ ਕੇ ਅਤੇ ਇਹਦਾ ਪ੍ਰਬੰਧ ਜੋ ਪਾਣੀ ਦਾ ਉਹ ਸਹੀ ਤਰੀਕੇ ਨਾਲ ਕੀਤਾ ਜਾਵੇ। ਆਪਾਂ ਅੱਗੇ ਵੀ ਚੱਲਦੇ, ਤੁਹਾਨੂੰ ਪਾਣੀ ਜਿੱਥੇ ਖੜਾ ਵਾ ਜਾ ਕੇ 4 ਕਿੱਲੇ ਦਾ ਸੀਵਰੇਜ ਬਣਿਆ ਬਣਿਆ ਉਹ ਵੀ ਤੁਹਾਨੂੰ ਦਿਖਾਉਂਦੇ। ਆਪ ਸਾਨੂੰ ਮਿਹਰਬਾਨੀ ਕਰਕੇ ਦੱਸਿਆ ਜਾਵੇ ਕਿ ਡਰੇਨ ਅਸਲ ਵਿੱਚ ਜਾਂਦੀ ਕਿਧਰ ਰਹੀ ਹੈ? ਤੁਸੀਂ ਆਹ ਵੇਖੋ ਜੀ, ਆਹ ਰਸਤਾ ਵਾ 15 ਕੁ ਫੁੱਟ ਦਾ ਰਾਹ ਛੱਡਿਆ ਜੀ, ਇੱਥੋਂ ਆ 110 ਫੁੱਟ ਦੀ ਡਰੇਨ ਇੱਥੋਂ ਮਿੰਤੀ ਕਰ ਲਓ, ਇੱਥੋਂ ਨਾਲ ਨਾਲ ਡਰੇਨ ਆ, ਕੈਮਰਾ ਘੁਮਾਇਓ ਜੀ ਉੱਧਰ ਨੂੰ, ਆ ਸਿੱਧੀ ਡਰੇਨ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਅਗਲੇ ਬੰਨੇ ਨੂੰ ਨਿਕਲਦੀ ਆ, ਖਮਿਆਰ ਕਲੋਨੀ ਤੋਂ ਅੱਗੇ ਗੁਰੂ ਨਾਨਕਪੁਰੇ ਨੂੰ ਜੀ ਜੀ ਜੀ। ਠੀਕ ਹੈ ਨਾ, ਆਹ ਰੇਲਵੇ ਲਾਈਨ ਵੀ ਪਾਰ ਹੁੰਦੀ ਆ, ਉਸ ਤੋਂ ਅੱਗੇ ਤੁਸੀਂ ਇਹ ਦੇਖੋ ਜੀ ਮੇਨ ਜਿਹੜਾ GT ਰੋਡ ਆ, ਉਹਦੇ ਥੱਲਿਓਂ ਦੀ ਵੀ ਰਸਤਾ, ਉਹਦੇ ਥੱਲਿਓਂ ਦੀ ਵੀ ਰਸਤਾ ਪਾਰ ਕਰਕੇ ਜੀ ਅੱਗੇ ਡਰੇਨ ਜਿਹੜੀ ਆ ਗੁਰੂ ਨਾਨਕਪੁਰੇ ਤੋਂ ਅੱਗੇ ਨਿਕਲ ਜਾਂਦੀ ਆ ਜੀ। ਅੱਗੇ ਕਰੋ ਜੀ ਗੱਲ,
ड्रेन 110 फुट है जो एस पी इनकलेव के को जाने उत्थे सारी 5 फुट रह जाती जी अगे ड्रेन पिछे भी बंद अगे भी बंद है जी किसी की मालकी वो पानी खड़ा जी ड्रेन की जगह तो आप खड़े इतने सारा तुम देख लो ठीक धन्यवाद जी। सो इन्होंने दसा कि ड्रेन की जगह ये मैं बेनती करनी चाहना जी ते चैनल के थ्रू प्रशासन नू कि आ देखो इधरों ड्रेन आ रही आ तो ड्रेन की सही लोकेशन आवा इतों घर के नाल नाल ड्रेन निकलती है जी अगे तो पर यह की आ पानी का रूट जिहड़ा वा उधर नू चेंज कर दिता गया वो संतोख सिंह की पैली दे विच 4 किले पैली जिहड़ी वो मली गई आ पानी सारा उत्थे खलोता बहुत वड्डा छप्पड़ बन गया जिहदा अगे निकास का रास्ता कोई नहीं आओ तुहानू अगे भी दिखाउने आ जी इसे तरह चलदे आ पासे नूं कढ दित्ता गया क्योंकि ड्रेन इत्थों कदी खाली नहीं गई जी जी ते जे इन्हां ने खाली हुंदी ड्रेन डिपार्टमेंट ने ते आह प्रॉब्लम नहीं आउणी आह वेखो उन्हां दी पैली दे विच पानी किन्ना खलोता इह पैली पैली उन्हां दी अपनी है जी हाँ जी अपनी आ संतोख सिंह होणां दी पैली अच्छा होर भी 2-4 बंदे हैगे ने जिन्हां दी अपनी मालकी आ ठीक है आह उन्हां दी बंबी है जी लगी सामने आ सारा पानी आ वेखो इतों की तुहानू दिखाने वह जरा पिछे नाली बन गई ही अगे जाके वड्डा छप्पड़ का रूप धारण कर रहा जी आ वेखो इधरों की पानी आ रहा वा आ चैनल इधर कैमरे राही दिखा सकते तुसीं जी जी दिखा दें आ देखो ये सारा पानी जिहड़ा वा इधरले पास्यों दी जाके ये वड्डे छप्पड़ च जाके अगे इकट्ठे हो जाणा जी। मैं कैमरामैन कहांगा कि जो अजे ड्रेन नहीं भी ड्रेन का रूप नहीं आया सूए का रूप आया दिखा दिता जाए तो अगे जो ज़्यादा पानी है उसनू अगे जाके सारे की सेम आ जी जी ये जी रोई है बाबा सावन सिंह नगर नाल भी अटैच होंगी है तो इधरों बुढ़े थे नाल भी इस कलोनी नाल भी जी इन्हां लोगों की भी वह समस्या उदों तो बुढ़े थे वाली पैली जी बहुत उच्ची आ जी उधरला पानी भी सारा इधरों आ रहा इन्हां दे घरां दे विचों दी लंघ के जाता जी जी तो इधरों आ जिहड़ा रोई आ रोई का पानी भी सारा जो फुल फ्लैज हो जाता वा छप्पड़ जिहड़ा इस वेले 4 किले च बनया ये सारा जो पानी भर जाता वा आ घर के 5-5 फुट तक भर जाता बिल्कुल जी सारे डुबे होंगे हुण तुसीं इन्हां दी जबानी भी पुछ सकते हैं भी इन्हां नूं की समस्या आ रही है। बिल्कुल जी पानी तो बिल्कुल मैं इत्थों के वसनीकां नाल भी गलबात करांगा वसनीक ने इत्थों के भाई साहब की नाम की है मेरा नाम बबला जी इत्थे दे वसनीक हो पक्के जी जब मीह आता तो कहो जी मुश्किल आदि मुश्किल यो कि पानी उपरों भी आ जाता तो इधरों भी पानी आ जाता कई बार तो छप्पड़ का पानी सारा इकट्ठा हो गया सारा घर बढ़ता वा यो बहुत हो बहुत हों पानी इकट्ठा भी मतलब मुश्किल तो होंगी है जो घर पानी लंघन रस्ता भी नहीं मिलता छेती तो सारा पानी पुनी डुबे होंगे जो मीह आ जाता बारिश आ जाती जो पानी फिर ज्यादा आता तो फिर तो छप्पड़ छुप्पड़ का भी पता नहीं लगता कोई नहीं बेच बढ़ते जाके जिन्होंने डगरा पिछली बार तो बेचारा डुब चलिया सगों दसो आ बंदा इधर विजय ये डुब चलिया बेचारा ये भी बड़ी मुश्किल बचा है हाँ जी हाँ जी बस नहीं रस्ता नहीं चलो पानी पुनी कट्ठा ही बेचारे का समान समून है वो कड़ता फिर घर बढ़ जाता घर च भी पानी अच्छा जी आप जी का नाम की है जी बलदेव सिंह जी बलदेव सिंह जी की कहना चाहोगे ये इसे पानी जो पिछों भी आता वा बताले तक तो पानी इतने आता वा तो बहुत ज़्यादा पानी आता गाड़ी से बन वजे आखो सामने इधर भी वह गाड़ी भी बन वजा वा तगड़ा जी जी तो पानी का कोई किसी बन्ने साधन नहीं जी प्रशासन पासों की मांग करते अं कहने जी साढ़े इतने राह बनना चाहिए कोई जी रोई है ये बढ़ानी चाहिए आ जो पानी वो पवे जो ड्रेन है उन्होंने असली रूप हाँ ड्रेन जी असली बने बिचों क्ढन राह इतने है ही नहीं किसी बन्ने ये पानी जो कट्ठा हो गया गाड़ी ज रोड बनया उ बंद वजा वा ठीक है सो वसनीकां ने तो कहा ही सो मेरे को जथेदार साहब भी पहुँच गए ने उन्होंने भी करते हैं गलबात सो सब तो पहला फतेह प्रवान करनी जी वाहेगुरू जी का खालसा वाहेगुरू जी की फतेह सब तो पहला आप जी का शुभ नाम जी मेरा नाम अजीत सिंह मैं घट्टो घट इतने 20 साल तो रह रहा जी पर यह जी गली ही एक्चुअली वो उपर चढ़नी वो नाल जो पहला इस जगह तो वेच के गया संतोख सिंह उत्थे चढ़ाने का दस के गया है कि मैं ये गली उस मेन गली मिलाऊंगा ना ये गली मिलाई और सरपंचा अजक हर एक पिंड जाके वेखो टाइलों लगियां थोड़ा वीर जी इधर बिल्कुल बिल्कुल ये देखो बुढ़े थे दे कलोनी जी बुढ़े थे आँदी आ बुढ़ा थे पूरा सरपंच ने कभी इतने आ गए वेख्या नहीं है इतने भी घट्टो घट टाइलों लगनिया चाहिए क्योंकि अजक बहर वाली साइड जाके देखो कनेडा साइड जाओ कि देखो 5 साल तो बाद ही परमानेंट हाडा जोड़ा वा उ पी आर हो जाता पर इतों वाले लोगों को समझता भी बुढ़े थे है ही नहीं शायद कि
कोई मरे कोई जीवे सुथरा घोल पतासे पीवे गल देखो वेखो सरपंच वास्ते जो अगर उत्थे सारा कुछ हो गया वा तो कम से कम ये करना चाहिए गलियां गलियां उस टाइप नाल करनी चाहिए और दूसरा ये रोई वाली जड़ी जगह वा घट्टो घट खुद परसनल जमीन है उहदी ये रोई दा रोई रोई नहीं इत्थे ये सोखी की जमीन आ पर उत्थे मेन जिहड़ी रोई वाली जगह वा उह पटा के तो उधर उहदे विच पानी पाउणा चाहिए क्योंकि दौलो नंगल तक पानी जिहड़ा वा इत्थे आउंदा वापस हाँ और इधरों जिन्ना भी पानी इधर वाली साइड बाजीगर कलोनी वाली साइड तो जिन्ना भी पानी सारा इस जगह ते आ रहा क्योंकि डाउन है बाहरों पानी आना ही आना इधरली साइड मैं कैमरामैन चाहुंदा वा प्रशासन नूं एस डी एम साहब तहसीलदार इधर आउण ते इत्थों दे लोकां नूं वेखण विचारां दा की हाल आ सिर्फ उत्थे ऑफिशियली गल्लां करन दा कोई सिस्टम नहीं आ क्योंकि रोई जिहड़ी अगर मतलब उत्थे रोई अपनी जगह ड्रेन पुट लेंदे आ ते फिर पानी जिहड़ा वा सारा उहदे विच जाएगा। हाँ जी 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 बहुत बहुत धन्यवाद जी धन्यवाद जी। सुसोता साहब इन्हां ने अपने अपने व्यू दिते ते मंग कीती कि ड्रेन नूं जिहड़ा साफ करके ते ड्रेन रूपी अमली जामा पहनाया जाए ते पैली नूं पैली दा। सो लास्ट विच आप की कहना चाहो? मैं ते ड्रेनेज डिपार्टमेंट नूं इहो अपील करूँगा कि यह पब्लिक सारी आ ये ताडे नाल जुड़े हुए आ इन्होंने सवेर तो लैके शाम तक टैक्स देंदे तुहानू ते टैक्स का पैसा सारा सरकार कोल जांदा ते तुही सारे सरकार दे नौकर जे जिन्हें डिपार्टमेंट आ जिहड़े विच अफसर काम करदे आ ते सरकार का भी फर्ज बनता कि जदों वोटां लैण आ जांदे हो उदों ते तुही इन्हां नूं लालच दे दिंदे हो उदों तुही क्या होणा भी इत्थों दी रस्ता भी बना देंगे टैलां भी लग जाणगियां सारा कुछ होगा पर इन्हां ने तुहानूं वोटां पा दित्तियां जदों तुही जित गए मुड़ के तुही घरी बहि गए इन्हां दा आण के सारनी लई अज जद इन्नी बरसात होई है ते लोक डुबण डए आ अज तुहाडा फर्ज बनदा ही इन्हां नूं पुछण दा जिवें अही आम आदमी पार्टी वल्लों मैं घर घर जा के हरेक की मुश्किल सुणदा अज इन्हां नूं पुछिया वा बाबा सावन सिंह नगर वालियां नूं पुछिया जो समस्या सी उन्हां दियां थोड़े दिन पहलां सड़क की समस्या सी PWD डिपार्टमेंट ने रोक दित्ती सी वह भी दुबारा शुरू कराया वा काम जंगी पद्धर ते हो रहा बाबा सावन सिंह नगर दे विच फिर दौलो नंगल दा वी क्या सी वह भी शुरू हो जाऊगा बाद च ते जिन्ना चिर असी सरकार तक कोई समस्या नहीं पहुँचाते उन्ना चिर कोई हल नहीं होंदा जबकि सरकार का फर्ज बनता कि जो वोटा लेंदे तो अपने आप ही समस्यावान हल कर आन क्योंकि इन्ह लोगों ने वोटा पाई होंदिया तू जिदा वोटा पाइया उदा ही इन्हों के काम भी करो जे तुम नहीं करोगे तो 2022 के लोग पलटा लिया आम आदमी पार्टी इस बारी हंगारा पंजाब वे लैवल पर मिल रहा घर घर चल जाओ भावें किसी भी पार्टी ने संबंधित इस वेले सारे लोगों ने अपना मन बनाया कि अं आम आदमी पार्टी को वोट पानी आने वाली सरकार जी 2022 आम आदमी पार्टी की बनावे तो दिल्ली वाली जिन्नी सहूलत वा वो इतने ता ही पंजाब आ सकनगियां जे सरकार बनूगी तो मैं हुण लोगों भी अपील करदा कि सारे 2022 आम आदमी पार्टी का साथ दिओ पंजाब दे विच सरकार बनाइए तो वधिया सहूलतां लईए हुण मेन गल जी हैगी है कि DC साहब नूं अपील आ कि ड्रेनेज डिपार्टमेंट नूं हदायतां करके ये ड्रेन का जो सही खुदाई इहदी बंदी उधरों की करके तो लोगों की जमीन भी बचाओ इन्हां नूं डुब्बण तों बचाओ घरां नूं इन्हां बेनतियां दे नाल फतेह बुलाउना वाहिगुरू जी का खालसा वाहिगुरू जी की फतेह। सो धन्नवाद जी कि सामने डुब्बा होया घर दिखाया जाए एक घर दे विच कल पानी दो दो फुट उपर सी अज धुप लगन के कारण कुछ इन्हां दे बाहर कढ़न के कारण यह पानी कट गया। सो इस बारे मैं सोता साहब को पुछदा जी कल तुसीं हालात वेख के गए किस तरह के हालात सन? घर के करीब सिर्फ अद्धा क फुट ही रह गया है घर पानी सारा इन्हां दे घर के अंदर चल जाना सीगा इन्ना सीगा फ्लो पिछों बहुत ज़्यादा तेज़ सी उपरों बुढ़े थे उहदी पैली उच्ची आ उधर भी दिखा दो जी और जिहड़ी टाली आ उह वेखो उह टाली दे थल्लों तुसीं वेखो रोड दा पानी उपरों भी सारा उच्ची पैली दा स्वेदियां वाली लाइन हाँ उपरों भी पानी जिहड़ा ना सारा इत्थे आउंदा जी इत्थे आउंदा जदों बरसात हो जांदी बहुत ज़्यादा पानी उधरों भी मार वजदी आ ते बाकी इधरों रोई दा पानी सारा आ के आ मुंडा वा करमजीत सिंह बबलू इहदा नाम आ इन्हां दा इह घर वा जी ते इन्हां दा आ डंगर बछा इन्हां ने रख्या वा इत्थे पालिया वा ते उपरों वेखो जी आर्मी दा भी हैडक्वार्टर दा भी उधरों दे पासे पानी आउंदा आर्मी आले पासे भी सारा रुड़ के वेखो मिट्टी सारी पानी सारा इधरले पासे नूं आउंदा वा जी 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 ते अहीं इहो ही बेनती करदे हां वी रोई दी इह डायरेक्शन नहीं गी इह उहनां दी निजी पैली आ संतोख सिंह होणा दी जी पानी दा जो सही राह बणदा वा उहने जी उह उपर देखो घरां वाले पासे ਘਰਾਂ ਦੇ ਨਾਲ ਨਾਲ 110 ਫੁੱਟ ਦੀ ਡਰੇਨ ਨਿਕਲਦੀ ਆ ਉੱਥੋਂ ਡਰੇਨ ਖਾਲ ਕੇ ਅਗਲੇ ਬੰਨੇ ਇਹਦਾ ਰੇਲਵੇ ਲਾਈਨ ਤੋਂ ਅਗਲੇ ਬੰਨੇ ਜਾ ਕੇ ਬਣੇ ਹੋਈਆਂ ਜੀ ਕੋਠੀਆਂ ਜਿਹੀਆਂ ਬਣਾਈਆਂ ਥੱਲਿਓਂ ਦੀ ਪਾਣੀ ਗਾਹ ਨਿਕਲਦਾ ਨਿਕਾਸ ਵਾਸਤੇ ਜੀ ਜੀ ਉਧਰੋਂ ਦੀ ਜੋ ਸਹੀ ਰਸਤਾ ਬਣਦਾ ਵਾ ਉੱਧਰ ਦੀ ਕੱਢਿਆ ਜਾਵੇ
ਇਹੋ ਹੀ ਬੇਨਤੀ ਹੈ ਕਿ ਅੱਗੇ ਜਾ ਕੇ ਦਰਿਆ ਵਿੱਚ ਪੈ ਜਾਂਦਾ ਫਿਰ ਅੱਗੇ ਜਾ ਕੇ ਪਤਾ ਨਹੀਂ ਜੀ ਇੱਥੋਂ 4-5 ਕਿਲੋਮੀਟਰ ਅੱਗੇ ਜਾ ਕੇ ਦਰਿਆ ਨਾਲ ਹੀ ਮਿਲਦੀ ਆ ਠੀਕ ਹੈ ਜੀ ਤੇ ਇਹ ਕਰਕੇ ਜੋ ਇਹਦੀ ਸਹੀ ਡਾਇਰੈਕਸ਼ਨ ਸਾਡੇ ਪਿੰਡ ਤੋਂ ਬਣਦੀ ਆ ਉਹ ਕੀਤੀ ਜਾਵੇ ਆਹ ਨਿੱਜੀ ਪੈਲੀ ਦੇ ਵਿੱਚ ਪਾਣੀ ਕਿਉਂ ਛੱਡਿਆ ਗਿਆ ਵਾ ਜੀ ਸੋ ਧੰਨਵਾਦ ਆਪ ਦਾ ਜੋ ਕੱਲ੍ਹ ਵਰਦੇ ਮੀਂਹ ਦੇ ਵਿੱਚ ਇਸ ਪਰਿਵਾਰ ਦੇ ਕੋਲ ਪਹੁੰਚੇ ਅਤੇ ਮੈਂ ਪੀੜਿਤ ਪਰਿਵਾਰ ਨੂੰ ਵੀ ਪੁੱਛਾਂਗਾ ਕਿ ਕੱਲ੍ਹ ਜਦੋਂ ਤੁਹਾਡੇ ਘਰ ਦੇ ਵਿੱਚ ਪਾਣੀ ਵੜ ਗਿਆ ਤਾਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ ਸਾਨੂੰ ਬਹੁਤ ਮਾੜਾ ਮਹਿਸੂਸ ਹੋਇਆ ਜੀ ਬਹੁਤ ਜ਼ਿਆਦਾ ਪਾਣੀ ਆ ਰਿਹਾ ਸੀਗਾ ਅਤੇ ਮਤਲਬ ਵੀ ਉੱਪਰੋਂ ਸੜਕ ਦਾ ਵੀ ਆ ਰਿਹਾ ਜੀ ਉੱਧਰੋਂ ਪੂਰਾ ਉੱਥੋਂ ਦੌਲੋ ਨੰਗਲ ਤੋਂ ਸਾਰਾ ਜੋ ਵੀ ਸਭ ਹਾਂਜੀ ਜਗ੍ਹਾ ਲੱਗ ਮਿਠਾ ਨੂੰ ਇੱਧਰ ਨੂੰ ਆਉਂਦਾ ਸਾਰਾ ਅਤੇ ਸਾਨੂੰ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਆ ਅੰਦਰ ਖਾਣਾ ਪਾਣੀ ਬਣਾਉਣਾ ਬਹੁਤ ਔਖਾ ਹੋ ਰਿਹਾ ਨੀਹਾਂ ਬਹਿ ਗਈਆਂ ਸਾਡੀਆਂ ਅਤੇ ਕੋਈ ਇਹਦਾ ਹੱਲ ਨਹੀਂ ਹੋ ਰਿਹਾ ਜੀ ਨੀਹਾਂ ਤਾਂ ਜਦੋਂ 4 ਸਵੇਰੇ ਪਾਣੀ ਹੋਏਗਾ ਨੀਹਾਂ 'ਤੇ ਬੈਠਣ ਗਈਆਂ ਹਾਂਜੀ ਹਾਂਜੀ ਅਤੇ ਬਾਕੀ ਉਹ ਸਾਰਾ ਸਾਡਾ ਜੋ ਵੀ ਜਾਨਵਰ ਰੱਖੇ ਹੋਏ ਅਸੀਂ ਸਾਰੇ ਡੁੱਬ ਗਏ ਸੀਗੇ ਕੀ ਰੱਖਿਆ ਹੈ ਜਾਨਵਰ ਜਾਨਵਰ ਪਿੱਗ ਰੱਖੇ ਜੀ ਅਸੀਂ ਹਾਂਜੀ ਹਾਂਜੀ ਵਿੱਚੋਂ ਮਰ ਵੀ ਗਏ ਬੱਚੇ ਵਾਹ ਜੀ ਅੱਛਾ ਪਾਣੀ ਦੇ ਕਾਰਨ ਡੁੱਬ ਗਏ ਹਾਂਜੀ ਛੋਟੇ ਬੱਚੇ ਮਰ ਗਏ ਪਿਛਲੇ ਸਾਲ ਵੀ ਮਰੇ ਪਿਛਲੀ ਸਾਲ ਵੀ ਹੜ ਆਇਆ ਸਾਰਾ ਜਵਾ ਪਾਣੀ ਸੋ ਪ੍ਰਸ਼ਾਸਨ ਪਾਸੋਂ ਡੀਸੀ ਸਾਹਿਬ ਪਾਸੋਂ ਐਸਡੀਐਮ ਸਾਹਿਬ ਪਾਸੋਂ ਕੀ ਮੰਗ ਕਰਦੇ ਹੋ ਅਸੀਂ ਇਹੋ ਮੰਗ ਕਰਦੇ ਹਾਂ ਜੀ ਇੱਧਰ ਜਿਹੜੀ ਡਰੇਨ ਆ ਉਹ ਕੱਢੀ ਜਾਵੇ ਅਤੇ ਸਾਡਾ ਵੀ ਕੋਈ ਹੱਲ ਹੋਵੇ ਇਹਦੇ ਕਰਕੇ ਸਾਡਾ ਮਤਲਬ ਪਾਣੀ ਵੀ ਗੰਦਾ ਹੋ ਰਿਹਾ ਪੀਣ ਵਾਲਾ ਸੋ ਇਸ ਪੀੜਿਤ ਪਰਿਵਾਰ ਨੇ ਦੱਸਿਆ ਕਿ ਸਾਡਾ ਨੁਕਸਾਨ ਵੀ ਹੋ ਗਿਆ ਸਾਡੇ ਪਿੱਗ ਜਿਹੜੇ ਬੱਚੇ ਸੀ ਉਹ ਮਰ ਗਏ ਸੋ ਮੈਂ ਲਾਸਟ ਵਿੱਚ ਹੁਣ ਸੋਤਾ ਸਾਹਿਬ ਨੂੰ ਪੁੱਛਦਾ ਹਾਂ ਕਿ ਇਸ ਮੁੱਦੇ ਦੀ ਅੱਗੇ ਲਈ ਕਾਰਵਾਈ ਤੁਸੀਂ ਕੀ ਕਰ ਰਹੇ ਹੋ ਇਹਦੀ ਅਗਲੀ ਕਾਰਵਾਈ ਹੀ ਇਹ ਕਰਾਂਗੇ ਜੀ ਡਰੇਨੇਜ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਦੇਵਾਂਗੇ ਅਪੀਲ ਕਰਾਂਗੇ ਤੁਹਾਡੇ ਚੈਨਲ ਦੇ ਥਰੂ ਵੀ ਤੁਸੀਂ ਵੀ ਉਹਨਾਂ ਨੂੰ ਐਕਸੀਅਨ ਸਾਹਿਬ ਨੂੰ ਐਸਡੀਓ ਸਾਹਿਬ ਨੂੰ ਪੁੱਛੋ ਜ਼ਰੂਰ ਚੈਨਲ ਦੇ ਥਰੂ ਕਿ ਇਹ ਜੋ ਡਰੇਨ ਦਾ ਸਹੀ ਰਸਤਾ ਬੰਦ ਹੈ ਇਹ ਕਿਉਂ ਨਹੀਂ ਬਣਾਇਆ ਗਿਆ ਬਿਲਕੁਲ ਅਤੇ ਸਾਡੀ ਇਹੋ ਅਪੀਲ ਆ ਕਿ ਛੇਤੀ ਤੋਂ ਛੇਤੀ ਇਹ ਜਿਹੜੀ ਡਰੇਨ ਆ ਜੋ ਇਹਦਾ ਹੱਕ ਬਣਦਾ ਉੱਥੋਂ ਦੀ ਖਾਲ ਕੇ ਪਾਣੀ ਅੱਗੇ ਕੱਢੋ ਨਹੀਂ ਤਾਂ ਉੱਥੇ ਮੇਨ ਸੜਕ ਰੋਕ ਕੇ ਧਰਨਾ ਦੇਵਾਂਗੇ ਅਤੇ ਪਿੱਟ ਸਿਆਪਾ ਕਰਾਂਗੇ ਡਿਪਾਰਟਮੈਂਟ ਦਾ ਅਤੇ ਪੰਜਾਬ ਸਰਕਾਰ ਦਾ ਵੀ ਪਿੱਟ ਸਿਆਪਾ ਕਰਾਂਗੇ ਜਦੋਂ ਵੋਟਾਂ ਹੁੰਦੀਆਂ ਉਦੋਂ ਤਾਂ ਇਹਨਾਂ ਲੋਕਾਂ ਨੂੰ ਤੁਸੀਂ ਆ ਕੇ ਕਹਿ ਦਿੰਦੇ ਵੋਟਾਂ ਪਾਓ ਅਤੇ ਆਹ ਹੁਣ ਇਹੋ ਜਿਹੇ ਹੜਾਂ ਦੇ ਹਾਲਾਤ ਦੇ ਵਿੱਚ ਡੀਸੀ ਸਾਹਿਬ ਨੂੰ ਵੀ ਪਤਾ ਕਿ ਆਹ ਜਿਹੜਾ ਸਾਉਣ ਦਾ ਮਹੀਨਾ ਵਾ ਇਹ ਮਈ ਜੂਨ ਤੋਂ ਕਹਿ ਦਿੰਦੇ ਛੱਪੜਾਂ ਦੀ ਸਫਾਈ ਕਰਾਓ ਸਾਰਾ ਕਰਾਓ ਪਰ ਇਹ ਛੱਪੜ ਨਹੀਂ ਹੈਗਾ ਇਹ ਤਾਂ ਡਰੇਨ ਦਾ ਪਾਣੀ ਇੱਕ ਜਗ੍ਹਾ ਇਕੱਠਾ ਹੋ ਗਿਆ ਕਿਉਂਕਿ ਅੱਗੇ ਨਿਕਾਸ ਨਹੀਂ ਹੈਗਾ ਜੀ ਬਿਲਕੁਲ ਅਤੇ ਇਹਨਾਂ ਦੇ ਵੱਲ ਵੀ ਧਿਆਨ ਦਿੱਤਾ ਜਾਵੇ ਲੋਕਲ ਸਾਡੇ ਐਸਡੀਐਮ ਸਾਹਿਬ ਇੱਥੇ ਬੈਠੇ ਨੇ ਮੈਡਮ ਸੁਮਿਤ ਮੁੱਧ ਜੀ ਉਹਨਾਂ ਨੂੰ ਵੀ ਬੇਨਤੀ ਕਰਦਾ ਉਹ ਵੀ ਇੱਕ ਵਾਰੀ ਇੱਧਰ ਜ਼ਰੂਰ ਗੇੜਾ ਮਾਰਿਆ ਕਰਨ ਸਾਡੇ ਬੀਡੀਓ ਸਾਹਿਬ ਨੇ ਉਹਨਾਂ ਦੇ ਅਧਿਕਾਰ ਖੇਤਰ 'ਚ ਆਉਂਦਾ ਸਾਰਾ ਕੁਛ ਗੇੜਾ ਮਾਰਨਾ ਚਾਹੀਦਾ ਸਿਰਫ ਦਫ਼ਤਰ ਦੇ ਅੰਦਰ ਬੈਠਿਆ ਨਹੀਂ ਸਾਰਾ ਕੁਛ ਹੋ ਜਾਂਦਾ ਤੁਸੀਂ ਬਾਹਰ ਨਿਕਲੋ ਦਫ਼ਤਰਾਂ 'ਚੋਂ ਫਿਰ ਤੁਹਾਨੂੰ ਪਤਾ ਲੱਗੇ ਕਿ ਆਮ ਪਬਲਿਕ ਦਾ ਜਿਹੜਾ ਜੀਵਨ ਆ ਕਿਸ ਪੱਧਰ 'ਤੇ ਉਹ ਕਿੰਨਾ ਮਾੜੇ ਤਰੀਕੇ ਨਾਲ ਜੀਣਾ ਪੀ ਰਿਹਾ ਉਹਨਾਂ ਨੂੰ ਸੋ ਧੰਨਵਾਦ ਜੀ ਇਹ ਸਾਂਝੀ ਸਰਦਾਰ ਰਜਿੰਦਰ ਸਿੰਘ ਸੋਤਾ ਜੋ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਹੋਏ ਵਰਦੇ ਮੀਂਹ ਦੇ ਵਿੱਚ ਤਪਦੀਆਂ ਧੁੱਪਾਂ ਦੇ ਵਿੱਚ ਉਹਨਾਂ ਲੋਕਾਂ ਕੋਲ ਜਾ ਕੇ ਉਹਨਾਂ ਦਾ ਦਰਦ ਜਾਣ ਰਹੇ ਨੇ ਜੋ ਤੜਪ ਤੜਪ ਕੇ ਜੀ ਰਹੇ ਨੇ ਸੋ ਕੈਮਰਾਮੈਨ ਰਾਵਲਪ੍ਰੀਤ ਦੇ ਨਾਲ ਹਰਮਿੰਦਰ ਗਿੱਲ ਬਿਆਸ